हाँ जी, स्वागत है थोड़ा दोस्तों अपने चैनल जज्बात टीवी पर। एक तुहाडे नाल गल सांझी कर रहे हैं, एक जज्बात गल नहीं जज्बात सांझा कर रहे हैं तुहाडे नाल कि अगर किन्ना चंगा हुंदा जे कोई जिवें आपां आशीर्वाद लैंदे ना, कोई आशीर्वाद लैंदे हां आपां किसे ते कोई आशीर्वाद हुंदा तां उहदी सेम टू सेम सोच आशीर्वाद लैण वाले नूं जा रही। अगर इस तरह हुंदा तां देखो किस तरह दुनिया होणी सी। सिर्फ दो तरह के लोग होणे सी, चंगे ते माड़े, दो तरह स्पष्ट। जिहड़े दोगले आ उह ना होंदे, दोगले समझ गए, उह मूँह ते कुछ होर, पिठ पिछे कुछ होर। इस तरह जे इस तरह हुंदा तां जिवें दीप सिद्धू मर गया उह ना मरदा, ते आपणा सिद्धू मूसे वाला मर गया उह ना मरदा, ते होर पता नहीं किन्ने किन्ने ही जाणे उह ना मरदे ਜਿਹੜੇ ਕਿ ਜ਼ਿਆਦਾਤਰ ਦੋਗਲੇ ਪੰਗ ਕਾਰਨ ਹੀ ਮਾਰੇ ਗਏ। ਸਭ ਤੋਂ ਇੱਕ ਵੱਡੀ ਗੱਲ ਆਪਣੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ, ਉਹਨਾਂ ਦਾ ਸਾਰਾ ਪਰਿਵਾਰ ਠੀਕ ਹੈ ਸ਼ਹੀਦ ਹੋ ਗਿਆ, ਉਹ ਵੀ ਉਹੀ ਭੇਟ ਚੜਿਆ ਵੈਸੇ, ਕਿਉਂ ਉਹਨਾਂ ਨਾਲ ਵੀ ਕੋਈ ਧੋਖਾ ਕਰ ਗਿਆ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਜਿਹਨੂੰ ਬੰਗੂ ਬੋਲਦੇ ਹੋ, ਠੀਕ ਹੈ, ਛੋਟੇ ਛੋਟੇ ਬੱਚਿਆਂ ਨੂੰ ਉਹਨੇ ਮਤਲਬ ਠੀਕ ਹੈ ਮੁਗਲਾਂ ਦੇ ਹਵਾਲੇ ਕੀਤਾ, ਉਹਨਾਂ ਨੇ ਨੀਹਾਂ ਚਲਾ ਦਿੱਤਾ, ਉਹ ਮਾਤਾ ਗੁਜਰੀ ਜੀ, ਠੀਕ ਹੈ, ਇਸ ਉਹੀ ਗੱਲ ਕਾਰਨ ਠੀਕ ਹੈ ਸ਼ਹੀਦ ਹੋਏ ਆ। ਇਹ ਦੋ ਚਾਰ ਉਦਾਹਰਨਾਂ ਮੇਰੇ ਮਾਇੰਡ ਸੀ, ਹੋਰ ਪਤਾ ਨਹੀਂ ਕਿੰਨਾ ਕੁਛ ਹੈ, ਠੀਕ ਹੈ, ਕਿ ਜਿਹੜਾ ਇਹ ਦੋਗਲਾਪਨ ਨੀਤੀ ਦੇ ਕਾਰਨ ਹੋਇਆ। ਅਤੇ ਮੈਂ ਗੱਲ ਫਿਰ ਉੱਥੇ ਲੈ ਕੇ ਆਵਾਂਗਾ ਕਿ ਕਿੰਨਾ ਚੰਗਾ ਹੁੰਦਾ ਨਾ ਅਗਰ ਜੇ ਉਹਨੂੰ ਆਸ਼ੀਰਵਾਦ ਦੇਣ ਨਾਲ ਕਿਸੇ ਦੀ ਸੋਚ ਬਦਲ ਜਾਂਦੀ, ਉੱਟ ਟਾਈਮ ਮਿਲ ਜਾਂਦੀ ਮਾਏ ਆਸ਼ੀਰਵਾਦ, ਚੱਲ ਬਾਈ ਸੇਮ ਸੋਚ ਹੈ ਨਾ। ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਦੋਸਤੋ ਤੁਹਾਨੂੰ ਇਹ ਮੇਰਾ ਜਜ਼ਬਾਤ ਕਿਸ ਤਰ੍ਹਾਂ ਦਾ ਲੱਗਿਆ, ਠੀਕ ਹੈ, ਤੁਹਾਨੂੰ ਇਹ ਮਤਲਬ ਜਿਹੜਾ ਮੂਵਮੈਂਟ ਕਿਸ ਤਰ੍ਹਾਂ ਦੀ ਲੱਗੀ ਸੋਚਣ ਦੇ ਵਿੱਚ, ਅਸਲ ਸੱਚੀ ਹੋਈ ਜਾਂਦੀ ਹੈ। ਬੜੇ ਦੁੱਖਾਂ ਤੋਂ ਬਚਦਾ। ਚਲੋ ਮਿਲਦੇ ਹਾਂ ਦੋਸਤੋ ਅਗਲੀ ਵਾਰ ਫਿਰ ਕਿਸੇ ਨਵੀਂ ਗੱਲ ਦੇ ਨਾਲ। ਤੁਹਾਡਾ ਦੋਸਤ ਡਾਕਟਰ ਚੰਦ ਸਿੰਘ ਔਨ ਜਜ਼ਬਾਤ ਟੀਵੀ। ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਵੀ ਕਰਿਓ ਅਤੇ ਲਾਈਕ ਵੀ ਕਰਿਓ, ਠੀਕ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਏ।